ਸ਼ੇਰ ਪੁੱਤਰ ਦਸ਼ਮੇਸ਼ ਦਾ ਸੁਰਾ ਸਿੱਖ ਪੰਥ ਦੀ ਸ਼ਾਨ ਛੋਟਾ ਵੀਰ ਸ਼ੇਰ ਪੰਜਾਬ ਦਾ ਨੀ ਤਰਕ ਜਰਨੈਲ ਮਹਾਨ ਜੁੱਸਾ ਸੱਤ ਫੁੱਟ ਚੋਬਰ ਦਰਸ਼ਨੀ ਸੱਤ ਫੁੱਟ ਚੋਬਰ ਦਰਸ਼ਨੀ ਮੋਢੀ ਸਿੱਖ ਫੌਜਾਂ ਦੀ ਸ਼ਾਨ। ਸਾਡੇ ਨਾਲ ਜੋਤ ਮੌਜੂਦ ਨੇ। ਜੋਤ ਬਹੁਤ ਬਹੁਤ ਮੁਬਾਰਕਾਂ, ਤੁਸੀਂ ਬਹੁਤ ਸੋਹਣੀ ਫਿਲਮ ਦੇ ਵਿੱਚ ਐਕਟਿੰਗ ਕੀਤੀ। ਥੈਂਕ ਯੂ। ਤੁਸੀਂ ਬਹੁਤ ਸੋਹਣੇ ਕੱਪੜੇ ਪਾਉਂਦੇ ਹੋ। ਲਾਸਟ ਟਾਈਮ ਤੁਸੀਂ ਕਿਹਾ ਸੀ ਸ਼ੂਜ਼ ਤੁਹਾਡੇ ਪਾਪਾ ਨੇ ਲੈ ਕੇ ਦਿੱਤੇ ਆ, ਹੁਣ ਆ ਸ਼ਰਟ ਕਿਹਨੇ ਲੈ ਕੇ ਦਿੱਤੀ ਹੈ? ਸ਼ਰਟ ਦਾਦੀ। ਕਿਹਨੇ? ਦਾਦੀ। ਦਾਦੀ ਜੀ ਨੇ ਲੈ ਕੇ ਦਿੱਤੀ ਹੈ। ਫਿਲਮ ਦਾ ਉਹ ਡਾਇਲੋਗ ਸੁਣਾ ਦਿਓ ਜੀ, ਜੋ ਤੁਸੀਂ ਕਹਿੰਦੇ ਹੋ ਕਿ ਜੋ ਮਰਜ਼ੀ ਕਹਿ ਲਓ ਪਰ ਆਹ ਗੱਲ ਨਹੀਂ ਕਹਿਣੀ। ਗੋਲੀ ਮਾਰ ਦੇ ਪਰ ਆਹ ਗੱਲ ਨਾ ਕਰੀ। ਤੁਹਾਨੂੰ ਗਾਉਣ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ। ਲਾਸਟ ਟਾਈਮ ਤੁਸੀਂ ਮੈਨੂੰ ਬੜਾ ਸੋਹਣਾ ਗਾਣਾ ਸੁਣਾਇਆ ਸੀਗਾ, ਅੱਜ ਵੀ ਕੋਈ ਆਪਣਾ ਪਸੰਦੀਦਾਰ ਗਾਣਾ ਸੁਣਾ ਦਿਓ। ਨੜੂਆ ਸ਼ੇਰ ਪੁੱਤਰ ਦਸ਼ਮੇਸ਼ ਦਾ ਸੁਰਾ ਸਿੱਖ ਪੰਥ ਦੀ ਸ਼ਾਨ ਛੋਟਾ ਵੀਰ ਸ਼ੇਰ ਪੰਜਾਬ ਦਾ ਨੀ ਤਰਕ ਜਰਨੈਲ ਮਹਾਨ ਜੁੱਸਾ ਸੱਤ ਫੁੱਟ ਚੋਬਰ ਦਰਸ਼ਨੀ ਸੱਤ ਫੁੱਟ ਚੋਬਰ ਦਰਸ਼ਨੀ ਮੋਢੀ ਸਿੱਖ ਫੌਜਾਂ ਦੀ ਸ਼ਾਨ। ਉਹਦੇ ਪਰਛੇ ਮੂਹਰੇ ਡਿੱਗਦੇ ਬੰਦੇ ਸੂਲ ਖੱਪੀ ਖਾਨ ਉਹਦੇ ਹੱਥ ਵਿੱਚ ਖੰਡਾ ਦੇਖ ਕੇ ਪਾਰ ਸੁੱਟਣਾ ਖੜੇ ਪਠਾਨ ਉਹ ਰੂਪ ਹੈ ਦੂਜਾ ਕਾਲ ਦਾ ਰੂਪ ਹੈ ਦੂਜਾ ਕਾਲ ਦਾ ਜੋ ਵੱਢਦਾ ਇੰਜ ਅਫਗਾਨ। ਜਦੋਂ ਸਾਰੇ ਤੁਹਾਨੂੰ ਇੰਨਾ ਪਿਆਰ ਦਿੰਦੇ ਆ, ਸਾਰੇ ਤੁਹਾਨੂੰ ਲੱਭਦੇ ਆ ਕਿ ਜੋਤ ਕਿੱਥੇ ਹੈ, ਅਸੀਂ ਜੋਤ ਨੂੰ ਮਿਲਣਾ, ਤੁਹਾਨੂੰ ਕਿਵੇਂ ਦਾ ਲੱਗਦਾ? ਹਾਲਾਂਕਿ ਤੁਸੀਂ ਬਹੁਤ ਛੋਟੇ ਹੋ। ਬਹੁਤ ਵਧੀਆ। ਹਮੇਸ਼ਾ ਪਾਪਾ ਨਾਲ ਆਉਂਦੇ ਆ, ਮੰਮੀ ਵੀ ਆਉਂਦੇ ਆ ਫਿਲਮ ਦੇਖਣ? ਹਾਂਜੀ। ਮੰਮੀ ਆਇਆ ਅੱਜ? ਹਾਂਜੀ। ਮੰਮੀ ਕੀ ਕਹਿੰਦੇ ਆ ਤੁਹਾਡੇ ਕੰਮ ਬਾਰੇ? ਕਿੰਨੀ ਕੁ ਛੂਟ ਦੇ ਦਿੰਦੇ ਆ ਕਿ ਤੁਸੀਂ ਹੋਮਵਰਕ ਨਾ ਕਰੋ, ਕਿ ਕਹਿੰਦੇ ਆ ਕਿ ਨਹੀਂ ਸਕੂਲ ਦਾ ਕੰਮ ਜ਼ਰੂਰ ਕੰਪਲੀਟ ਕਰਨਾ? ਹਾਂਜੀ ਕਹਿੰਦੇ ਨੇ। ਸੁਕਰਮਜੀਤ ਅਨਮੋਲ, ਹਾਰਬੀ ਸੰਘਾ, ਰੋਸ਼ਨ ਪ੍ਰਿੰਸ, ਕਿਹੜਾ ਤੁਹਾਨੂੰ ਬਹੁਤ ਜ਼ਿਆਦਾ ਹਸਾਉਂਦਾ ਸੀ ਸੈੱਟ 'ਤੇ? ਸਾਰੇ ਸਾਰੇ। ਤੁਹਾਨੂੰ ਆਪਣਾ ਇਹ ਫਿਲਮ ਦਾ ਕੰਮ ਕਿਵੇਂ ਲੱਗਿਆ? ਬਹੁਤ ਵਧੀਆ। ਬਹੁਤ ਵਧੀਆ। ਹਾਂਜੀ। ਥੈਂਕ ਯੂ ਸੋ ਮਚ ਜੋਤ। ਵੈਲਕਮ।